ਅਸੀਂ ਖੜ੍ਹੇ ਹਾਂ ਗੁਰਦੁਆਰਾ ਟਿੱਬੀ ਸਾਹਿਬ, ਜੋ ਕਿ ਆਪ ਜੀ ਨੂੰ ਦੱਸ ਦਈਏ ਕਿ ਇਤਿਹਾਸਿਕ ਜਗ੍ਹਾ ਗੁਰਦੁਆਰਾ ਟਿੱਬੀ ਸਾਹਿਬ। ਔਰ ਇੱਥੇ ਇਤਿਹਾਸਿਕ ਗੁਰਦੁਆਰੇ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਉਸ ਸਮੇਂ ਦੇ, ਗੁਰਦੁਆਰਾ ਟਿੱਬੀ ਸਾਹਿਬ, ਗੰਗਸਰ ਸਾਹਿਬ ਔਰ ਅੰਗੀਠਾ ਸਾਹਿਬ, ਇਹਦੀ ਆਪਾਂ ਪੂਰੀ ਵਿਸਤ੍ਰਿਤ ਜਾਣਕਾਰੀ ਲਈ ਮਿਲਦੇ ਹਾਂ ਇੱਥੋਂ ਦੇ ਲੋਕਲ ਪ੍ਰਧਾਨ ਜੀ ਨਾਲ। ਆਓ ਤੁਹਾਡੀ ਮੈਂ ਮੁਲਾਕਾਤ ਕਰਾਂਗਾ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਨਗਰ ਕੀਰਤਨ ਸੁਸ਼ੋਭਿਤ ਹੋਇਆ, ਇਹ ਕਿੱਥੋਂ ਸ਼ੁਰੂ ਹੋਇਆ ਔਰ ਕਿੱਥੇ ਖਤਮ ਹੋਇਆ, ਕਿੰਨਾ ਬਾਜ਼ਾਰਾਂ ਵਿੱਚ ਘੁੰਮਦੇ ਹੋਏ ਜਿਹੜਾ ਕਿ ਕਿੱਥੇ ਪਹੁੰਚਿਆ? ਇਹ ਵੀ ਜੋ ਅੱਜ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਉਹ ਗੁਰਦੁਆਰਾ ਟਿੱਬੀ ਸਾਹਿਬ ਤੋਂ ਆਰੰਭ ਹੋ ਕੇ ਅੱਡੋ ਅੱਡ ਪੜਾਵਾਂ ਪਿੰਡਾਂ ਪਿੰਡ ਵਿੱਚ ਜੀ ਹੁੰਦਾ ਹੋਇਆ, ਸ਼ਹਿਰ ਵਿੱਚ ਜੀ ਪਹਿਲਾਂ ਪਿੰਡ ਵਿੱਚ ਜੀ, ਫਿਰ ਸ਼ਹਿਰ ਵਿੱਚ ਜੀ ਹੁੰਦਾ ਹੋਇਆ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਇਸਦੀ ਸਮਾਪਤੀ ਕੀਤੀ ਗਈ। ਉਸ ਤੋਂ ਬਾਅਦ ਗੁਰਦੁਆਰਾ ਅੰਗੀਠਾ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪੰਜ ਪਿਆਰਾਂ ਦੀ ਅਗਵਾਈ ਵਿੱਚ ਪਹੁੰਚੇ ਹਨ। ਇੱਥੇ ਆ ਕੇ ਜੋ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ ਹੈ, ਸੋ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਸਜਾਏ ਗਏ ਹਨ। ਗੁਰਦੁਆਰਾ ਟਿੱਬੀ ਸਾਹਿਬ ਤੋਂ ਆਏ ਸਾਲ ਇਹ ਨਗਰ ਕੀਰਤਨ ਸ਼ਹੀਦਾਂ ਦੀ ਯਾਦ ਵਿੱਚ ਸਜਾਏ ਜਾਂਦੇ ਹਨ। ਇਹ 21-19 ਫਰਵਰੀ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ ਤੋਂ ਸਜਾਏ ਜਾਂਦੇ ਹਨ ਅਤੇ 21 ਫਰਵਰੀ ਨੂੰ ਜੋ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ 101 ਅਖੰਡ ਪਾਠਾਂ ਦੀ ਲੜੀ ਆਰੰਭ ਹੁੰਦੀ ਹੈ, ਉਹ ਲੜੀ ਦੇ ਭੋਗ 21 ਫਰਵਰੀ ਨੂੰ ਸਮਾਪਤੀ ਦੇ ਪਾਏ ਜਾਂਦੇ ਹਨ। ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ 21 ਫਰਵਰੀ ਨੂੰ। ਦੂਰੋਂ ਦੂਰੋਂ ਸੰਗਤਾਂ ਗੁਰਮਤ ਵਿਚਾਰਾਂ ਆਪਣੋ ਆਪਣੇ ਕਰਦੀਆਂ ਹਨ ਅਤੇ 21 ਫਰਵਰੀ ਪਹੁੰਚ ਕੇ ਇਸਦੀ ਨਗਰ ਕੀਰਤਨ ਦੀ ਸਮਾਪਤੀ ਕੀਤੀ ਜਾਂਦੀ ਹੈ। ਇਹਦਾ ਜਿਹੜਾ ਪੂਰਾ ਇਤਿਹਾਸ, ਇਹਦਾ ਕੀ ਹੈ ਜਿਹੜਾ ਪੂਰਾ ਇਤਿਹਾਸ ਜਿਹੜਾ ਹੈਗਾ ਉਹਦੇ ਬਾਰੇ ਕੁਝ ਜਾਣਨਾ, ਸਾਨੂੰ ਜਾਣਕਾਰੀ ਦਿਓ। ਇਹ ਜੀ ਜਿਹੜਾ ਇਹਦਾ ਪੂਰਾ ਇਤਿਹਾਸ ਹੈ ਉਹ ਇੱਥੇ ਗੁਰਦੁਆਰਾ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਸਨ। ਜੋ ਇਹ ਸਰਕਾਰੀ ਹਕੂਮਤ ਸੀਗੀ, ਇਹਨਾਂ ਨੇ ਉਹ ਅਖੰਡ ਪਾਠ ਦੀ ਜੋ ਗ੍ਰੰਥੀ ਅਖੰਡ ਪਾਠ ਕਰ ਰਹੇ ਸਨ ਉਹਦੀ ਬੇਅਦਬੀ ਕੀਤੀ, ਗ੍ਰੰਥੀ ਨੂੰ ਪਾਠ ਪੜ੍ਹਦੇ ਨੂੰ ਤਾਬਿਆਂ ਤੋਂ ਖਿੱਚ ਕੇ ਥੱਲੇ ਤਾਰਿਆ ਗਿਆ। ਖੰਡ ਪਾਠ ਜੋ ਪ੍ਰਕਾਸ਼ ਸੀ ਉਹ ਖੰਡਨ ਕੀ ਹੋਇਆ ਗਿਆ। ਉਸ ਖੰਡਨ ਦੀ ਬਜਾਏ ਹੋਰ ਫਿਰ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ 25-25 ਸਿੰਘਾਂ ਦੇ ਜਥੇ ਪਹੁੰਚੇ। ਉਹ ਜੋ ਅੰਗਰੇਜ਼ੀ ਸਰਕਾਰ ਸੀ ਉਹ ਨਾਲ ਦੀ ਨਾਲ ਆਉਂਦਿਆਂ ਨੂੰ ਉਹਨਾਂ ਨੂੰ ਜਾਂ ਤਾਂ ਫੜ ਲੈਂਦੀ ਸੀ ਜਾਂ ਕੁੱਟ ਕੇ ਉਹਨਾਂ ਨੂੰ ਆਪਦੇ ਕਬਜ਼ੇ ਕਰ ਲੈਂਦੇ ਸੀ। ਅਤੇ ਫਿਰ ਉਸ ਤੋਂ ਬਾਅਦ 500-500 ਸਿੰਘਾਂ ਦੇ ਜਥੇ ਪਹੁੰਚਣ ਲੱਗੇ। ਜਿੰਨਾ ਚਿਰ ਇਹ ਆਪਣਾ ਸਿਰੇ ਨਹੀਂ ਚੜਿਆ ਉਨਾ ਚਿਰ ਜਥੇ ਪਹੁੰਚੀ ਗਏ। ਅਖੀਰ ਜੋ ਜਥਿਆਂ ਦੀ ਜਿੱਤ ਹੋਈ, ਫਿਰ 168 ਮਿੰਟਾਂ ਦੀ ਲੜੀ ਆਰੰਭ ਹੋਈ ਅਤੇ ਸਪੋਰਟ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਿਹੜਾ 19 ਫਰਵਰੀ ਨੂੰ ਖੰਡ ਨਗਰ ਕੀਰਤਨ ਹੁੰਦਾ, 21 ਤਰੀਕ ਨੂੰ ਇਹਦੀ ਜਿਹੜੀ ਆਰੰਭਤਾ ਸਮਾਪਤੀ ਹੁੰਦੀ ਹੈ, ਔਰ ਇਹਦਾ ਪੂਰਾ ਇਤਿਹਾਸ ਕੀ ਹੈ? ਇਹਦਾ ਇਤਿਹਾਸ ਇਹ ਹੈ ਜੀ, ਜੋ ਇਹ ਖੰਡ ਪਾਠ ਭਾਈ ਸਾਹਿਬ ਨੇ ਅੱਗੇ ਦੱਸਿਆ ਹੈ ਕਿ ਪਿੱਛੇ ਖੰਡ ਪਾਠ ਖੰਡਿਤ ਅੰਗਰੇਜ਼ੀ ਸਰਕਾਰ ਹਕੂਮਤ ਨੇ ਖੰਡਿਤ ਕਰਤਾ ਸੀਗਾ, ਉਸ ਖੰਡ ਪਾਠ ਨੂੰ ਦੁਬਾਰਾ ਪ੍ਰਕਾਸ਼ ਕਰਕੇ ਉਸੇ ਰਵਾਇਤ ਮੁਤਾਬਕ ਉਸ ਨੂੰ ਭੋਗ ਪਾ ਕੇ ਉਸਦੀ ਸ਼ੁੱਧਤਾ ਸੁਧਾਈ ਕਰਨ ਵਾਸਤੇ ਇਹ ਦੁਬਾਰਾ ਖੰਡ ਪਾਠਾਂ ਦੀ ਲੜੀ ਦੁਬਾਰਾ ਤੋਰੀ ਗਈ। ਬਾਬਾ ਜੀ ਚਲੋ, ਮੈਂ ਤੁਹਾਨੂੰ ਮੁਲਾਕਾਤ ਕਰਾ ਰਿਹਾ ਇਸ ਵਕਤ, ਜੋ ਇਸ
ਗੁਰੂ ਘਰ ਟਿੱਬੀ ਸਾਹਿਬ ਦੇ ਜੋ ਮੁੱਖ ਪ੍ਰਚਾਰਕ ਹਨ, ਆਓ ਆਪਾਂ ਨੂੰ ਤੋਂ ਜਾਣਨਾ ਚਾਹੁੰਦੇ ਹਾਂ ਕਿ ਇਸ ਗੁਰੂ ਘਰ ਦੀ ਜੋ ਮਰਿਆਦਾ ਅਨੁਸਾਰ ਅੱਜ ਦਾ ਨਗਰ ਕੀਰਤਨ ਔਰ ਜੋ 21 ਤਰੀਕ ਨੂੰ ਅਖੀਰਲਾ ਦਿਨ ਬਾਰੇ ਇਹ ਆਪਾਂ ਨੂੰ ਜੋ ਪੂਰੀ ਜਾਣਕਾਰੀ ਦੇਣਗੇ ਇਹਦੇ ਥੋੜ੍ਹਾ ਜਿਹਾ ਇਤਿਹਾਸ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ 1924 ਜੈਤੋ ਦੇ ਮੂਰਤੀ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਹ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਅਤੇ ਇਸ ਸਾਲ ਵੀ ਸਮੁੱਚੀਆਂ ਸੰਗਤਾਂ ਨੇ ਬਹੁਤ ਉੱਦਮ ਕੀਤਾ, ਯਤਨ ਕੀਤੇ ਨੇ ਕਿ ਤਕਰੀਬਨ ਡੇਢ ਮਹੀਨੇ ਤੋਂ ਇਸ ਜਗ੍ਹਾ 'ਤੇ ਇਸ ਸਥਾਨ 'ਤੇ ਸ਼੍ਰੀ ਅਖੰਡਪੁਰ ਸਾਹਿਬ ਦੀਆਂ ਲੜੀਆਂ ਪ੍ਰਾਰੰਭ ਹੁੰਦੀਆਂ ਹਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਨੇ ਅਤੇ ਨਾਲ ਹੀ ਅਖੰਡਪੁਰ ਸਾਹਿਬ ਪ੍ਰਕਾਸ਼ ਹੋ ਜਾਂਦੇ ਹਨ। ਅਤੇ ਇਸੇ ਤਰ੍ਹਾਂ ਹੀ 19 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਹੁੰਦਾ ਹੈ, ਜੋ ਕਿ ਇਸ ਸਥਾਨ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਵਿਖੇ ਸਮਾਪਤੀ ਹੁੰਦੀ ਹੈ। ਅਤੇ ਨਾਲ ਹੀ 20 ਅਤੇ 21 ਨੂੰ ਦੋ ਦਿਨ ਦਾ ਗੁਰਮਤਿ ਸਮਾਗਮ ਉਲੀਕਿਆ ਜਾਂਦਾ, ਜਿਹਦੇ ਵਿੱਚ ਪੰਥ ਪ੍ਰਸਿੱਧ ਨਾਮਵਾਰ ਪ੍ਰਚਾਰਕ ਕੀਰਤਨੀ ਜਥੇ ਅਤੇ ਢਾਡੀ ਜਥੇ ਸਾਡੇ ਵਿਚਕਾਰ ਹਾਜ਼ਰੀ ਭਰਦੇ ਨੇ। ਅਤੇ ਸਮੁੱਚੀਆਂ ਸੰਗਤਾਂ ਹੀ ਇਸ ਸ਼ਹੀਦੀ ਸਮਾਗਮ ਦੇ ਵਿੱਚ, ਸ਼ਹੀਦੀ ਜੋੜ ਮੇਲੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਰਬੱਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਸੋ ਆਪ ਜੀ ਦੇ ਚੈਨਲ ਜ਼ਰੀਏ ਅਸੀਂ ਆਪ ਸਰਬੱਤ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਵੀ, ਸਾਨੂੰ ਵੀ ਚਾਹੀਦਾ ਕਿ ਸੋਨਾ ਸ਼ਹੀਦੀਆਂ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੇ ਮਨ ਉੱਪਰ ਜਿੱਤ ਹਾਸਲ ਕਰਨਾ ਸਿੱਖੀਏ, ਆਪਣੇ ਮਨ ਨੂੰ ਕਾਬੂ ਕਰਨਾ ਸਿੱਖੀਏ। ਉਹਨਾਂ ਦੀਆਂ ਪ੍ਰੇਰਨਾ ਸਦਕਾ ਹੀ ਅਸੀਂ ਅੱਜ ਉਹਨਾਂ ਦੇ ਯਤਨਾਂ 'ਤੇ ਚੱਲਦਿਆਂ ਹੋਇਆਂ, ਉਹਨਾਂ ਦੇ ਬਚਨਾਂ 'ਤੇ ਚੱਲਦਿਆਂ ਹੋਇਆਂ ਅਸੀਂ ਅੱਜ ਇੱਥੇ ਹਾਂ। ਸੋ ਹਰ ਸਾਲ ਦੀ ਤਰ੍ਹਾਂ ਹੀ ਇਹ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੋ ਇਹ ਸ਼ਹੀਦੀ ਜੋੜ ਮੇਲਾ 19 ਨੂੰ ਹੀਰਲੇ ਫੰਡ ਪਾਠ ਸ਼ੁਰੂ ਕਰਕੇ 21 ਨੂੰ ਸਮਾਪਤੀ ਵਾਲੇ ਭੋਗ ਪਾਏ ਜਾਂਦੇ ਆ, ਇਹ ਜਿਵੇਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਲੱਗਦਾ, ਅਤੇ ਉੱਥੇ ਸਕੂਲਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ ਆਮ ਸਰਕਾਰ ਵੱਲੋਂ ਸਰਕਾਰੀ ਛੁੱਟੀ ਕੀਤੀ ਜਾਂਦੀ ਹੈ। ਅਸੀਂ ਵੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡਾ ਵੀ ਇਹ ਜੋ ਸ਼ਹੀਦੀ ਜੋੜ ਮੇਲਾ, ਉਹਨਾਂ ਮੇਲਿਆਂ ਤੋਂ ਕੁਛ ਘੱਟ ਨਹੀਂ ਹੈ, ਕਿਉਂਕਿ ਇੱਥੇ ਵੀ ਸ਼ਹੀਦਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਅਤੇ ਬਹੁਤ ਸਿੰਘ ਸ਼ਹੀਦ ਹੋਏ ਆ। ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ 21 ਫਰਵਰੀ ਵਾਲੇ ਦਿਨ ਤਾਂ ਘੱਟ ਤੋਂ ਘੱਟ ਜ਼ਰੂਰ ਬੱਚਿਆਂ ਨੂੰ ਸਕੂਲ ਦੇ ਵਿੱਚ ਅਤੇ ਜੋ ਮੁਲਾਜ਼ਮ ਇੱਥੇ ਕੰਮ ਕਰਦੇ ਹਨ ਦਫ਼ਤਰਾਂ ਦੇ ਵਿੱਚ, ਉਹਨਾਂ ਨੂੰ ਜ਼ਰੂਰ ਛੁੱਟੀ ਕੀਤੀ ਜਾਵੇ, ਸਾਡੀ ਇਹੀ ਬੇਨਤੀ। ਜਮੈਲੇ ਉਹਨਾਂ ਨੇ